ਕਿਸਾਨ ਦੋਸਤੋ ਅਸਲਾਮ ਅਲੈਕਮ। ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਜ਼ਿਮੀਂਦਾਰੀ ਦੀਆਂ ਸਾਰੀਆਂ ਫਸਲਾਂ ਤਕਰੀਬਨ ਮੁੰਜੀ, ਗੰਦਮ, ਮਕਈ ਥੱਲੇ ਗਿਆ ਪ੍ਰੋਗਰਾਮ, ਸਾਰੇ ਭਾਈ ਜਾਣਦੇ ਨੇ। ਅਤੇ ਕਿਸੇ ਜ਼ਿਮੀਂਦਾਰ ਦੇ ਵਿੱਚ ਇੰਨੀ ਸਖਤ ਨਹੀਂ ਰਹਿ ਗਈ ਕਿ ਬੜੇ ਮਹਿੰਗੇ ਬੀਜ, ਹਾਈਬ੍ਰਿਡ ਬੀਜ ਲੈ ਕੇ ਅਤੇ ਅੱਗੇ ਫਸਲਾਂ ਨੂੰ ਕਾਸ਼ਤ ਕਰ ਸਕਣ। ਲੋਕਾਂ ਕੋਲ ਤਾਂ ਇੰਨੇ ਪੈਸੇ ਨਹੀਂ ਰਹਿ ਗਏ ਕਿ ਡੀਜ਼ਲ ਲਿਆ ਕੇ ਅਤੇ ਆਪਣੀਆਂ ਜ਼ਮੀਨਾਂ ਨੂੰ ਤਿਆਰ ਕਰ ਸਕਣ। ਇਸੇ ਸਿਲਸਿਲੇ ਦੇ ਵਿੱਚ ਅਸੀਂ ਥੋੜ੍ਹੀ ਤੁਹਾਡੇ ਨਾਲ ਗੁਫ਼ਤਗੂ ਕਰਾਂਗੇ ਅੱਜ। ਅਤੇ ਇਹ ਭਾਈ ਜੀ ਸਾਡੇ ਕੋਲ ਆਏ ਨੇ, ਤੁਹਾਨੂੰ ਇਹਨਾਂ ਦਾ ਤਾਰਾ ਵੀ ਕਰਵਾਉਣਾ ਅਤੇ ਬੀਜ ਦੇ ਹਵਾਲੇ ਨਾਲ ਵੀ ਗੱਲ ਦੱਸਾਂਗੇ। ਅੱਜ ਅਸੀਂ ਇੱਕ ਦੇਸੀ ਰਾਇਆ ਸਰ੍ਹੋਂ ਦੇ ਬਾਰੇ ਗੱਲ ਕਰਾਂਗੇ। ਇਹ ਸਾਡੇ ਕੋਲ ਬੀਜ ਹੈ, ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਸਾਰੇ ਹਾਈਬ੍ਰਿਡ ਬੀਜ ਜਿਹੜੇ ਨੇ ਉਹਨਾਂ 'ਤੇ ਸਾਡਾ ਇੰਨਾ ਸਾਰ ਹੋ ਗਿਆ, ਅਤੇ ਇਹ ਕੁਛ ਦੇਸੀ ਬੀਜ ਹੈਗੇ ਨੇ, ਇਹਨਾਂ ਦੇ ਬਾਰੇ ਅਸੀਂ ਗੁਫ਼ਤਗੂ ਕਰਾਂਗੇ ਇਨਸ਼ਾਅੱਲਾ ਤਾਲਾ। ਅਸਲਾਮ ਅਲੈਕਮ ਜੀ। ਭਜਨ ਕੀ ਨਾਮ ਹੈ ਆਪਣਾ ਜੀ? ਅਬਦੁਲ ਗਫਾਰ। ਅਬਦੁਲ ਗਫਾਰ ਜੀ, 99 ਐਗਰੋ ਕੈਮੀਕਲ ਐਂਡ ਸੀਡ ਕਾਰਪੋਰੇਸ਼ਨ ਮੁਲਤਾਨ। ਸੀਡ ਕਾਰਪੋਰੇਸ਼ਨ ਮੁਲਤਾਨ। ਅੱਛਾ ਸਰ, ਇਸ ਬੀਜ ਦੇ ਹਵਾਲੇ ਨਾਲ ਤੁਸੀਂ ਦੱਸਣਾ ਹੈ, ਇੱਕ ਤਾਂ ਤੁਸੀਂ ਇਹਦੀ ਜ਼ਮੀਨ ਦੀ ਤਿਆਰੀ ਦੇ ਮੁਤਲਕ ਪਹਿਲੇ ਦੱਸੋ ਵੀ ਇਹਦੀ ਇਹਨੂੰ ਕਾਸ਼ਤ ਕਰਨ ਵਾਸਤੇ ਜ਼ਮੀਨ ਨੂੰ ਕਿਵੇਂ ਤਿਆਰ ਕਰਨਾ ਜੀ। ਪਹਿਲੇ ਨੰਬਰ 'ਤੇ ਤਾਂ ਇਹ ਹੈ ਕਿ ਜ਼ਮੀਨ ਜਿਹੜਾ ਨਾ ਉਹਨੂੰ ਅਸਲ ਨਾ ਆਪਣਾ ਅੱਛੇ ਤਰੀਕੇ ਨਾਲ ਬਣਾਇਆ ਜਾਏ, ਵਾਹ ਲੈਣਾ ਵਾਹ ਦੇਣਾ ਠੀਕ ਹੈ। ਫਿਰ ਇਹ ਕਿ ਅਕਸਰ ਜਿਹੜਾ ਨਾ ਜ਼ਿਮੀਂਦਾਰ ਉਹ ਇਹ ਕਿ ਆਪਣਾ ਵੱਤਰ ਦਾ ਵਾਧਾ ਘਾਟਾ ਕਰ ਜਾਂਦੇ ਆ। ਸਹੀ, ਇਹ ਕਿ ਇਹਦਾ ਇਹਦੇ 'ਤੇ ਵੱਤਰ ਦਾ ਹੋਣਾ ਜ਼ਰੂਰੀ ਹੈ, ਤਾਰ ਵੱਤਰ ਹੋਣਾ ਜ਼ਰੂਰੀ ਹੈ। ਸਹੀ, ਨੰਬਰ 1 ਅਤੇ ਨੰਬਰ 2 ਇਹਦਾ ਤਰੀਕਾਕਾਰ ਇਹ ਹੀ ਹੈ ਕਿ ਤੁਸੀਂ ਇਹਨੂੰ ਜਿਹੜਾ ਨਾ ਆਪਣਾ ਜਿੱਦਾਂ ਛੱਟਾ ਕਰਨਾ ਠੀਕ ਹੈ, ਅਤੇ ਜ਼ਮੀਨ ਤੁਹਾਡੀ ਬਿਲਕੁਲ ਤਿਆਰ ਹੋਣੀ ਚਾਹੀਦੀ ਠੀਕ ਹੈ। ਤਿਆਰੀ ਤੋਂ ਫੌਰਨ ਬਾਅਦ ਮਤਲਬ ਜਿਹੜਾ ਇਹਨੂੰ ਤੁਸੀਂ ਸੁਹਾਗੇ ਦੇ ਥੱਲੇ ਜਿਹਨੂੰ ਕਹਿੰਦੇ ਨੇ, ਸੁਹਾਗੇ ਥੱਲੇ ਛੱਡਾ ਦੇ ਕੇ ਸੁਹਾਗਾ ਉੱਤੇ ਹਲਕਾ ਜਿਹਾ ਪਿਆ ਦੇਣਾ, ਉੱਤੇ ਜਿਹੜਾ ਡਬਲ ਸੁਹਾਗਾ, ਕਿਉਂਕਿ ਹੁਣ ਟੈਂਪਰੇਚਰ ਜ਼ਿਆਦਾ ਹੈ, ਡਬਲ ਸੁਹਾਗਾ ਕਰ ਦੇਣਾ, ਡਬਲ ਸੁਹਾਗਾ ਕਰ ਦੇਣਾ ਜਿਹਦੀ ਵਜ੍ਹਾ ਤੋਂ ਇਹਦੀ ਜਰਮੀਨੇਸ਼ਨ ਮੁਤਾਸਰ ਨਾ ਹੋਵੇ। ਅੱਛਾ, ਪਾਣੀ ਦੇ ਕੇ ਜਿਵੇਂ ਬਰਸੀਮ ਕਾਸ਼ਤ ਕਰੀਦੀ ਆ, ਜਿਵੇਂ ਪਹਿਲੇ ਤੋਰੀਏ ਕਾਸ਼ਤ ਕਰੀਦੀ ਸੀ, ਉਵੇਂ ਵੀ ਛੱਟਾ ਦਿੱਤਾ ਜਾ ਸਕਦਾ? ਜ਼ਿਆਦਾ ਇਹਦਾ ਜਿਹੜਾ ਨਾ ਬਿਹਤਰੀਨ ਤਰੀਕਾ ਇਹ ਹੈ ਕਿ ਇਹਨੂੰ ਤਰ ਵੱਤਰ ਦੀ ਹਾਲਤ 'ਚ ਜਿਹੜਾ ਨਾ ਇਹ ਅਸੀਂ ਜ਼ਮੀਨ ਤਿਆਰ ਕਰਕੇ ਫਿਰ ਇਹਨੂੰ ਜਿਹੜਾ ਨਾ ਆਪਣਾ ਖਾਦ ਦੇ ਦੱਸੋ ਥੋੜ੍ਹਾ ਥੱਲੇ ਖਾਦ, ਇੱਕ ਬੋਰੀ ਜਿਹੜੇ ਨਾ ਖਾਦ DAP ਇਹਨੂੰ ਥੱਲੇ ਜਿਹੜਾ ਤੁਸੀਂ ਅਗਰ ਪੁੱਜੇ ਤਾਂ ਥੋੜੀ ਬਹੁਤ ਪੋਟਾਸ਼ ਵੀ ਪਾ ਸਕਦੇ, ਪੋਟਾਸ਼ ਵੀ ਤੁਸੀਂ ਪਾ ਸਕਦੇ, SOP ਦੀ ਪੋਟਾਸ਼ ਪਾਇਆ ਕਰੋ ਸਾਰੇ ਜ਼ਿਮੀਂਦਾਰ ਭਾਈ, SOP ਦੀ ਅੱਛੀ ਪੋਟਾਸ਼ ਹੁੰਦੀ। ਅੱਛਾ, ਦੂਸਰੀ ਹਨ ਦੱਸੋ ਵੀ ਇਹਨਾਂ ਪਹਿਲਾ ਪਾਣੀ ਕਦੋਂ ਦੇਣਾ ਹੈ ਪੁੱਟਣ ਤੋਂ ਬਾਅਦ? ਸਰ ਇਹ ਜ਼ਮੀਨ ਤੇ ਮਨਸਰ ਹੈ ਕਿ ਤੁਹਾਡੀ ਅਗਰ ਜ਼ਮੀਨ ਮਕਸਦ ਹੈ ਨਾ, ਪੱਕੀ ਜ਼ਮੀਨ ਹੈ, ਪੱਕੀ ਜ਼ਮੀਨ ਹੈ, ਤੇ ਫਿਰ ਇਹਨੂੰ ਜਿਹੜਾ ਨਾ ਜਿਸਲੇ ਇਹ ਕਮੋ ਪੇਸ਼ ਹੈ 2 ਤੋਂ 3 ਫੁੱਟ ਦੀ ਹਾਈਟ ਤੇ ਆਏਗੀ, ਫੁੱਲ ਫਲ ਲੈਣ ਲੱਗ ਪਏ, ਉਸ ਟਾਈਮ ਇਹਨੂੰ ਇੱਕ ਜਿਹੜਾ ਪਾਣੀ ਦਿਓ ਜਿਹੜਾ ਕਿ ਜਿਹਦੇ ਨਾਲ ਤੁਸੀਂ ਅਗਰ SOP ਥੱਲੇ ਨਹੀਂ ਪਾ ਸਕੇ ਉੱਪਰ ਉਹਨੂੰ ਜਿਹੜਾ SOP ਫਲੱਡ ਕਰ ਸਕਦੇ। ਸਹੀ ਹੈ, ਇਹਨੂੰ ਕਿੰਨੇ ਪਾਣੀ ਲੱਗਣਗੇ? ਪਾਣੀ ਜੀ ਇਸ ਤਰ੍ਹਾਂ ਹੀ ਹੈ ਕਿ ਅਗਰ ਜ਼ਮੀਨ ਅੱਛੀ ਹੈ, ਹਾਂਜੀ ਬਿਹਤਰੀਨ ਜ਼ਮੀਨ ਹੈ, ਤੇ ਫਿਰ ਉੱਥੇ ਜਿਹੜਾ ਨਾ ਅਕਸਰ ਬਾਅਦ ਔਕਾਤ ਇੱਕ ਹੀ ਪਾਣੀ ਜਿਹੜਾ ਨਾ ਨਾਲੇ ਮਚੋਰ ਹੋ ਜਾਂਦੀ, ਇੱਕ ਪਾਣੀ ਨਾਲ ਮਚੋਰ ਹੋ ਜਾਂਦੀ, ਬਾਅਦ ਔਕਾਤ ਕੁਛ ਰਕਬਾ ਜਿਹੜਾ ਦੂਸਰਾ ਪਾਣੀ ਵੀ ਦੇ ਸਕਦੇ। ਅੱਛਾ, ਇਹ ਡਿੱਗਦੇ ਡੁੱਗਦੇ ਤੇ ਨਹੀਂ ਜ਼ਿਆਦਾ? ਸਰ ਇਹ ਨਹੀਂ ਡਿੱਗੇਗੀ ਨਹੀਂ, ਕਿਉਂਕਿ ਇਹਦਾ ਕੱਦ ਮੀਡੀਅਮ ਹੁੰਦਾ ਠੀਕ ਹੈ, ਹਾਂ ਜ਼ਿਆਦਾ ਮਤਲਬ ਜਿਹੜਾ ਗਰੋਥ ਨਹੀਂ ਕਰ। ਯੂਰੀਆ ਦੇ ਵਾਲੇ ਨਾਲ ਅਗਰ ਗੱਲ ਕਰੀਏ ਨਾਈਟ੍ਰੋਜਨ, ਇਹਨੂੰ ਖਾਦ ਕਿੰਨੀ ਕੁ ਲੱਗਣੀ? ਉਹ ਸਿਰਫ ਜੀ ਆਪਣਾ ਇੱਕ ਬੋਰੀ ਤੱਕ ਜਿਹੜਾ ਨਾ ਇਹਨੂੰ, ਮਤਲਬ ਸਸਤੀ ਫਸਲ ਹੈ ਇਹ ਤਾਂ। ਦੇਖੋ ਜੀ, ਬਾਤ ਹੈ ਕਿ ਇਹਨੂੰ ਤੇਲੇ ਵਾਸਤੇ 1 ਤੋਂ 2 ਸਪਰੇਅ ਜਿਹੜੇ ਨਾ ਉਹ ਜ਼ਰੂਰੀ ਨੇ, ਇਹਦੀ ਮਤਲਬ ਜਿਹੜਾ ਫਲੀ ਵਾਸਤੇ ਤੁਸੀਂ ਮੈਨੂੰ ਐਸਿਡ ਦਾ ਇਸਤੇਮਾਲ ਕਰ ਸਕਦੇ ਜੇ। ਦੂਸਰੇ ਨੰਬਰ ਤੇ ਕਿ ਇਹਦੇ ਨਾਲ ਜਿਹੜਾ ਤੁਸੀਂ ਅਮੀਡਾ ਕਲੋਪੜ ਜਾਂ ਆਪਣਾ ਥਾਇਮ ਥਾਕਸਮ ਵਗੈਰਾ ਉਹਦਾ ਸਪਰੇਅ ਕਰ ਸਕਦੇ। ਨਹੀਂ, ਉਹ ਥਾਇਮ ਥਾਕਸਮ ਉਹ ਬੈਂਡਜ਼ਾਰ ਨਹੀਂ ਦਾ? ਨਹੀਂ। ਅੱਛਾ ਠੀਕ ਹੋ ਗਿਆ। ਉਹ ਦੇਖੋ ਜੀ ਆਪਣਾ ਇਹ ਕਿੰਨੇ ਦਿਨਾਂ ਸਰ ਤਿਆਰ ਹੋ ਜਾਏਗੀ? ਇਹ ਸਰ 3 ਮਾਹ ਦੀ ਫਸਲ ਹੈ। 3 ਮਾਹ ਦੀ ਫਸਲ ਹੈ। 3 ਮਾਹ ਚ ਜਾਣਾ ਹੈ, 90 ਦਿਨ ਚ ਤਿਆਰ ਹੋ ਜਾਏਗਾ, ਬਰਦਾਸ਼ਤ ਦਾ ਟਾਈਮ ਆ ਜਾਏਗਾ। ਜੀ ਜੀ ਠੀਕ ਹੋ ਗਿਆ। ਉੱਤੋਂ ਇਹਦੇ ਮਕਈ ਲੱਗ ਜਾਏਗੀ? ਉੱਤੋਂ ਇਹਦੇ ਮਕਈ ਆ ਸਕਦੀ। ਸਹੀ।
ਸਹੀ ਗੰਦਮ ਨਹੀਂ ਆਏਗੀ, ਗੰਦਮ ਗੰਦਮ ਲੇਟ ਹੋ ਜਾਏਗੀ। ਲਓ ਜੀ ਇਹਦੀ ਕੀਮਤ ਦੱਸੋ ਨਾ ਆਖਰ ਤੱਕ। ਸਰ ਇਹਦੀ 1400-1500 ਰੁਪਇਆ ਜਾਣਾ ਪਰ 2 ਕੇਜੀ, ਪਰ 2 ਕੇਜੀ। ਇਹ 2 ਕੇਜੀ ਇਸਤੇਮਾਲ ਹੋਣਾ, 2 ਕੇਜੀ ਇਸਤੇਮਾਲ ਹੋਣਾ ਹੈ ਇੱਕ ਇੱਕ। ਇਹ ਬੀਜ ਦਾ ਇੱਕ ਦਫਾ ਦੁਬਾਰਾ ਨਾਂ ਦੱਸ ਦਿਓ। ਸੁਪਰ ਰਾਇਆ ਸਨਵੇ ਐਗਰੋ ਕੈਮੀਕਲ ਐਂਡ ਸੀਡ, ਸੀਡ ਮੁਲਤਾਨ। ਅੱਛਾ ਜੀ, ਚੂਨੀਆਂ ਉਜਰਾ ਰੋਡ ਬਿਲ ਮੁਕਾਬਲ ਗੱਲਾ ਮੰਡੀ ਨਿਊਵਾਲ ਫਤਿਹ ਬੀਜ ਐਂਡ ਸਪਰੇਅ ਸੈਂਟਰ ਚੌਧਰੀ ਆਸਨ ਸਾਹਿਬ, ਇਹਨਾਂ ਕੋਲ ਤੁਹਾਨੂੰ ਇਹ ਬੀਜ ਅਵੇਲੇਬਲ ਹੈ। ਤੇ ਇਹਨਾਂ ਕੋਲ ਆਓ, ਚਾਹ ਪੀਵੋ, ਬੀਜ ਵੀ ਲਵੋ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਡਿਸਕਾਊਂਟ ਵੀ ਕਰਨਗੇ। ਇਹਨਾਂ ਨੂੰ ਬੜਾ ਹੀ ਜ਼ਿੰਮੇਦਾਰਾਂ ਦਾ ਖਿਆਲ ਹੈ ਕਿਉਂਕਿ ਜ਼ਿੰਮੇਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਫਸਲਾਂ ਦੇ ਵਿੱਚੋਂ, ਤੇ ਇਹ ਇਨਸ਼ਾਅੱਲਾ ਤਾਲਾ ਬੜਾ ਖਿਆਲ ਕਰਨਗੇ ਤੁਹਾਡਾ।